ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਕਹਿੰਦੀ ਹਾਂ ਪ੍ਰੋਫਟ ਅਗਨਿਸਟਿਨ ਜੈਮਸੀ ਦੀ ਕਹਿੰਦੀ ਹਾਂ ਪ੍ਰੋਫਟ ਜੀ ਨੂੰ ਮੇਰੀ ਵੱਲੋਂ ਬਹੁਤ ਬਹੁਤ ਜੈਮਸੀ ਦੀ ਅਤੇ ਉਹਨਾਂ ਦੀ ਮਿਸਜ ਨੂੰ ਵੀ ਜੈਮਸੀ ਦੀ ਕਹਿੰਦੀ ਹਾਂ ਅਤੇ ਉਹਨਾਂ ਦੇ ਬੇਟੇ ਨੂੰ ਵੀ ਜੈਮਸੀ ਦੀ ਕਹਿੰਦੀ ਹਾਂ ਮੈਂ ਅਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਮੇਰਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀਗਾ ਅਤੇ ਉਹ ਤੁਸੀਂ ਦੇਖ ਸਕਦੇ ਬਹੁਤ ਟਾਂਕੇ ਲੱਗੇ ਹੋਏ ਇਹ ਜਗ੍ਹਾ ਸਾਰੇ ਫਟ ਗਏ ਸੀ ਫਿਰ ਉਸ ਤੋਂ ਬਾਅਦ ਮੇਰੇ ਸਿਰ ਵਿੱਚ ਪਾਸ ਪੈ ਗਈ ਸੀ ਚਾਰ ਪੰਜ ਹੋਸਪਿਟਲ ਮੈਂ ਮੇਰੇ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਜਵਾਬ ਦੇ ਦਿਆ ਥਾ ਬੋਲਤੇ ਇਹ ਠੀਕ ਨਹੀਂ ਹੋ ਪਾਏਗੀ ਅਗਰ ਠੀਕ ਹੋਗੀ ਤਾਂ ਇਹ ਕੋਮਾ ਮੈਂ ਚਲੇ ਜਾਏਗੀ ਹਾਂ ਚਾਰ ਸਾਲ ਹੋ ਗਿਆ ਮੈਂ ਬਿਲਕੁਲ ਠੀਕ ਹਾਂ ਪਰਮੇਸ਼ੁਰ ਦਾ ਧੰਨਵਾਦ ਕਰਦੀ ਹਾਂ ਪਰਮੇਸ਼ੁਰ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ ਉਹਨਾਂ ਦੀ ਅਗਵਾਈ 'ਚ ਅਸੀਂ ਚੱਲਦੇ ਹਾਂ ਅਤੇ ਮੈਂ ਪਰਮੇਸ਼ੁਰ ਦਾ ਲੱਖਾਂ ਅਤੇ ਕਰੋੜਾਂ ਵਾਰ ਧੰਨਵਾਦ ਕਰਦੀ ਹਾਂ ਜਦੋਂ ਪਾਸ ਪੈ ਗਈ ਸੀ ਸਿਰ ਵਿੱਚ ਫਿਰ ਵੀ ਉਹਨਾਂ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਹਿੰਦੇ ਅਗਰ ਇਹ ਠੀਕ ਹੋਊਗੀ ਤਾਂ ਇਹਨੇ ਕੋਮਾ 'ਚ ਚਲੇ ਜਾਣਾ ਆ ਅਤੇ ਮੈਂ ਪਰਮੇਸ਼ੁਰ ਦਾ ਔਰ ਪਰਮੇਸ਼ੁਰ ਦੇ ਦਾਸ ਦਾ ਲੱਖ ਲੱਖ ਵਾਰੀ ਧੰਨਵਾਦ ਕਰਦੀ ਉਹਨਾਂ ਦੀ ਅਗਵਾਈ 'ਚ ਅਸੀਂ ਰਹਿੰਦੇ ਹਾਂ ਅਤੇ ਇਸੇ ਤਰ੍ਹਾਂ ਮੈਂ ਪੂਰੀ ਮਿਨਿਸਟਰੀ ਨੂੰ ਕਹਿੰਦੀ ਹਾਂ ਕਿ ਤੁਸੀਂ ਪਰਮੇਸ਼ੁਰ ਦੀ ਅਗਵਾਈ ਦੇ ਵਿੱਚ ਰਹੋ ਅਤੇ ਪਰਮੇਸ਼ੁਰ ਦੇ ਦਾਸ ਦੇ ਨਾਲ ਜੁੜੇ ਰਹੋ ਅਤੇ ਪਰਮੇਸ਼ੁਰ ਬਹੁਤ ਸਾਰੀਆਂ ਆਸ਼ੀਸ਼ਾਂ ਔਰ ਬਰਕਤਾਂ ਦਿੰਦੇ ਆ ਅਗਰ ਅਸੀਂ ਦੇਣਗੇ ਔਰ ਆਤਮਾ ਦੇ ਵਿੱਚ ਰਹਿੰਦੇ ਹਾਂ ਤਾਂ ਅਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਮੈਂ ਥੋੜ੍ਹਾ ਟਾਈਮ ਹੋਇਆ ਅਤੇ ਮੇਰੇ ਪਿੱਤੇ ਦੇ ਵਿੱਚ ਪੱਥਰੀ ਆ ਗਈ ਸੀਗੀ ਅਤੇ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦੀ ਉਹ ਪੱਥਰੀ ਨੂੰ ਵੀ ਮੇਰੇ ਪਰਮੇਸ਼ੁਰ ਨੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਪੱਥਰੀ ਮੇਰੇ ਸਰੀਰ ਦੇ ਵਿੱਚ ਨਹੀਂ ਆ ਇਸ ਟਾਈਮ ਗਾਇਬ ਆ ਅਤੇ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦੀ ਹਾਂ ਚਾਰ ਸਾਲ ਹੋ ਗਿਆ ਜਿਹਦੇ ਸਿਰ ਵਿੱਚ ਪਸ ਪੈ ਜਾਵੇ ਉਹ ਜ਼ਰਾ ਵੀ ਚੱਲ ਨਹੀਂ ਸਕਦਾ ਅਤੇ ਮੈਂ ਸਾਰੀ ਦਿਹਾੜੀ ਚੱਲਦੀ ਰਹਿੰਦੀ ਹਾਂ ਅਸੀਂ ਪਰਮੇਸ਼ੁਰ ਦਾ ਵਚਨ ਫੈਲਾਉਂਦੇ ਹਾਂ ਦੁਨੀਆ ਦੇ ਵਿੱਚ ਅਤੇ ਇਸ ਲਈ ਮੈਂ ਪਰਮੇਸ਼ੁਰ ਦਾ ਲੱਖਾਂ ਅਤੇ ਕਰੋੜਾਂ ਵਾਰ ਧੰਨਵਾਦ ਕਰਦੀ ਹਾਂ ਔਰ ਨਵੇਂ ਸਾਲ ਦੀਆਂ ਔਰ ਬੜੇ ਦਿਨ ਦੀਆਂ ਮੈਂ ਬਹੁਤ ਬਹੁਤ ਮੁਬਾਰਕਾਂ ਕਹਿੰਦੀ ਹਾਂ ਪੂਰੀ ਕਲੀਸਿਆ ਨੂੰ ਔਰ ਪੂਰੀ ਦੁਨੀਆ ਤੱਕ ਪਰਮੇਸ਼ੁਰ ਦਾ ਨਾਮ ਫੈਲੇ ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਸ ਤਰ੍ਹਾਂ ਅਸੀਂ ਬਚੇ ਹਾਂ ਇੱਦਾਂ ਪਰਮੇਸ਼ੁਰ ਸਾਰਿਆਂ ਨੂੰ ਬਚਾਵੇ ਮੈਂ ਪਰਮੇਸ਼ੁਰ ਦਾ ਔਰ ਪਰਮੇਸ਼ੁਰ ਦੇ ਦਾਸ ਦਾ ਲੱਖਾਂ ਅਤੇ ਕਰੋੜਾਂ ਵਾਰ ਧੰਨਵਾਦ ਕਰਦੀ ਹਾਂ ਹਾਲੇ ਲਈ ਆ